ਇੱਕ ਬਾਬਾ ਅਕਾਲ ਰੂਪ ਦੂਜਾ ਰਬ ਬੀ ਰਬ ਬੀ ਮਰਦਾ ਪੀਲੀ ਭੀ ਤੋਂ ਕਰੀਬ 15 ਕੁ ਮੀਲ ਦੀ ਦੂਰੀ 'ਤੇ ਬੜਾ ਵੱਡਾ ਉੱਚਾ ਟਿੱਲਾ ਬਣਾ ਕੇ ਉਹਦੇ ਚੰਗੇ ਚੰਗੇ ਪ੍ਰਮੁੱਖ ਚੇਲੇ 'ਤੇ ਰਹਿ ਰਹੇ ਸੀ। ਸਤਿਗੁਰੂ ਮਹਾਰਾਜ ਜੀ ਸਬੱਬੀ ਉੱਥੇ ਗਏ। ਪਾਤਸ਼ਾਹ ਜੀ ਨੇ ਇਹ ਜਾਣ ਕੇ ਵੀ ਸਾਧੂ ਹਨ, ਸੰਤ ਹਨ, ਮਹਾਂਪੁਰਖ ਨੇ, ਰੱਬ ਦੇ ਪਿਆਰੇ ਨੇ, ਬੰਦਗੀ ਭਗਤੀ ਕਰਨ ਵਾਲੇ ਨੇ, ਉਹਨਾਂ ਕੋਲੋਂ ਦੋ ਚੀਜ਼ਾਂ ਦੀ ਮੰਗ, ਇੱਕ ਅੱਗ ਧੂਣਾ ਬਾਲਣ ਵਾਸਤੇ ਅਤੇ ਛਕਣ ਵਾਸਤੇ ਜਲ, ਦੋ ਚੀਜ਼ਾਂ ਦੀ ਮੰਗ ਲਈ ਭਾਈ ਸਾਹਿਬ ਜੀ ਨੂੰ ਘੱਲਿਆ ਕਿ ਜਾਓ ਲੈ ਕੇ ਆਓ ਮਹਾਂਪੁਰਖਾਂ ਕੋਲੋਂ। ਹੁਣ ਅੱਗੇ ਉਹਨਾਂ ਨੇ ਅੱਗ ਅਤੇ ਪਾਣੀ ਦੇਣ ਦੀ ਥਾਂ 'ਤੇ ਜੋ ਸ਼ਬਦ ਅਪ ਸ਼ਬਦਾਂ ਦੇ ਰੂਪ 'ਚ ਬੋਲੇ, ਅਪਮਾਨਿਤ ਬੋਲੀ ਸ਼ੈਲੀ ਦੁਆਰਾ ਬੇਇੱਜ਼ਤੀ ਕੀਤੀ, ਗੁੱਸੇ ਗੁਸੈਲੇ ਸੁਭਾਅ 'ਚ ਉਹਨਾਂ ਨੇ ਜੋ ਕੁਝ ਨਹੀਂ ਵੀ ਕਹਿਣਾ ਸੀ ਉਹ ਵੀ ਕਹਿਤਾ। ਪਤਾ ਨਹੀਂ ਕਿੱਥੋਂ ਲਿਆ ਕੇ ਇਹੋ ਜਿਹੇ ਸ਼ਬਦ ਬੋਲੇ। ਇੱਕ ਸਾਧੂ ਦੀ ਰਸਨਾ ਤੋਂ, ਇੱਕ ਮਹਾਤਮਾ, ਉਹ ਨਾਥ ਹੈ, ਯੋਗੀ ਹੈ, ਸਿੱਧ ਹੈ, ਉਹਦੀ ਰਸਨਾ ਤੋਂ ਜਦੋਂ ਕੋਈ ਰੁੱਖੇ ਸ਼ਬਦ ਸੁਣਦਾ, ਅਪਮਾਨਿਤ ਬੋਲੀ ਸ਼ੈਲੀ ਸੁਣਦਾ, ਤਾਂ ਯਕੀਨਨ ਹੈ ਕਿ ਦੇਖਣ ਵਾਲਾ, ਸਾਹਮਣੇ ਖਲੋਤਾ ਬੰਦਾ ਕੀ ਪ੍ਰਭਾਵ ਗ੍ਰਹਿਣ ਕਰਦਾ। ਤਾਂ ਅਖੀਰ ਨੂੰ ਸਤਿਗੁਰੂ ਜੀ ਮਹਾਰਾਜ ਇਸ ਮੰਤਵ ਵਾਸਤੇ ਇੱਥੇ ਪੁੱਜੇ, ਸਤਿਗੁਰਾਂ ਨਾਲ ਉਹਨਾਂ ਨੂੰ ਚਰਚਾ ਕਰਨ ਦਾ ਮੌਕਾ ਬਣਿਆ। ਗੁਰਦੇਵ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾਲ ਉਹਨਾਂ ਨੇ ਚਰਚਾ ਕੀਤੀ। ਚਰਚਾ ਵਿੱਚ ਵੀ ਉਹਨਾਂ ਨੂੰ ਖੀਰ ਸਤਿਗੁਰਾਂ ਦੇ ਕਹੇ ਹੋਏ ਬੋਲ ਕਿ ਬਾਹਰਲਾ ਭੇਖ, ਬਾਹਰਲਾ ਬਾਣਾ, ਪਿੰਡੇ 'ਤੇ ਮਲੀ ਹੋਈ ਸੁਆਹ, ਕੰਨਾਂ ਵਿੱਚ ਪਾਈਆਂ ਹੋਈਆਂ ਮੁੰਦਰਾਂ, ਦਿਖਾਵੇ ਦੇ ਯੋਗ ਆਸਣ, ਸਾਧਨਾ, ਅਨੇਕਾਂ ਤਰ੍ਹਾਂ ਦੀਆਂ ਸਰੀਰਕ ਸਮਾਧੀਆਂ, ਕੰਨ ਪੜਵਾਉਣੇ, ਕੰਨਾਂ 'ਚ ਮੁੰਦਰਾਂ ਪਾ ਲੈਣੀਆਂ, ਗੁਰੂ ਬਾਬਾ ਜੀ ਨੇ ਜਦੋਂ ਇਵੇਂ ਦੇ ਸ਼ਬਦ ਕਹੇ ਵੀ ਮਹਾਂਪੁਰਖੋ ਇਹਨਾਂ ਤੋਂ ਉੱਪਰ ਉੱਠੋ, ਤੁਸੀਂ ਇਹਨਾਂ ਤੋਂ ਉੱਪਰ ਉੱਠੋ। ਗੁਰਦੇਵ ਜੀ ਨੇ ਜਦੋਂ ਇਹ ਕਿਹਾ ਵੀ ਤੁਹਾਨੂੰ ਉੱਪਰ ਉੱਠਣਾ ਚਾਹੀਦਾ, ਤੁਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਬੰਦਗੀ ਕਰੋ, ਇਹ ਤਾਂ ਗੱਲੀ ਯੋਗ ਨਾ ਹੋਈ, ਏਕ ਦ੍ਰਿਸ਼ਟ ਸਮਕਰ ਜਾਣੇ ਜੋਗੀ ਕਹੀਏ ਸੋਈ, ਏਕ ਦ੍ਰਿਸ਼ਟ ਕਰ। ਜਦੋਂ ਤੁਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਿਰਦੇ 'ਚ ਵਸਾਓਗੇ, ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਣੀ ਹੈ। ਗੱਲਾਂ ਬਾਤਾਂ ਨਾਲ, ਬਾਹਰਲੇ ਭੇਖ ਨਾਲ ਕੋਈ ਯੋਗੀ ਨਹੀਂ ਬਣਦਾ। ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀ ਇਸ। ਜਦੋਂ ਤੁਸੀਂ ਇਸ ਮੁੱਦੇ 'ਤੇ, ਇਸ ਵਿਸ਼ੇ 'ਤੇ ਆਪਣੇ ਅੰਤਰ ਮੰਥਨ ਕਰੋਗੇ, ਅੰਦਰ ਝਾਤੀ ਮਾਰੋਗੇ, ਤਾਂ ਤੁਹਾਨੂੰ ਸਰੀਰਕ ਸਮਾਧੀਆਂ ਦਾ ਗਿਆਨ ਹੋ ਜਾਣਾ ਵੀ ਸਰੀਰਕ ਸਮਾਧੀ ਦੇਹ ਦੀ ਸਮਾਧੀ ਨਹੀਂ, ਇਹ ਆਤਮਾ ਦੀ ਰੂਹਾਨੀ ਹੈ, ਅਤੇ ਮਨ ਦੀ ਇਕਾਗਰਤਾ ਇਹ ਸਮਾਧੀ ਹੈ, ਤੁਹਾਡੀ ਅੰਤਰਾਤਮਾ ਦੀ ਸਮਾਧੀ ਹੈ, ਤੁਹਾਡੀ ਸੁਰਤ ਦੀ ਸਮਾਧੀ ਹੈ। ਸਤਿਗੁਰੂ ਦੇ ਬੋਲ ਸਨ, ਉਹਨਾਂ ਨੂੰ ਸੁਣਨਾ ਪਿਆ, ਸੁਣ ਕੇ ਹੈਰਾਨ ਵੀ ਹੋਏ ਅਤੇ ਸਤਿਗੁਰੂ ਪਾਤਸ਼ਾਹ ਜੀ ਕੋਲੋਂ ਖਿਮਾ ਜਾਚਨਾ ਵੀ ਕੀਤੀ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਐਸੇ ਪਿਆਰ ਵਾਲੇ ਬਚਨ ਕਹਿ ਤਾ ਵੀ ਮੁੰਦਾ, ਸੰਤੋਖ, ਸਰਮਪਦ, ਝੋਲੀ, ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਇਵੇਂ ਦਾ ਅੰਤਰਾਤਮੇ ਧਿਆਨ ਟਿਕਾਓਗੇ, ਤਾਂ ਤੁਹਾਨੂੰ ਆਪਣੇ ਆਪ ਹੀ ਗਿਆਨ ਹੋ ਜਾਣਾ, ਸਮਝਦਾਰੀ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਣਾ ਵੀ ਅਸੀਂ ਕਰ ਕੀ ਰਿਹਾ ਅਤੇ ਸਾਨੂੰ ਕਰਨਾ ਕੀ ਚਾਹੀਦਾ ਸੀ। ਜਿਸ ਮੰਤਵ ਦੇ ਕਾਰਜ ਵਾਸਤੇ ਅਸੀਂ ਯੋਗੀ ਬਣਿਆ, ਸਾਧ ਬਣਿਆ, ਸੰਤ ਬਣਿਆ, ਕੀ ਉਹ ਸਾਡਾ ਕਾਰਜ ਸਫਲ ਹੋ ਰਿਹਾ? ਕੀ ਅਸੀਂ ਭੁਗਤ ਗਿਆਨ ਦਇਆ ਭੰਡਾਰਨ ਵਾਲੇ ਇਹਨਾਂ ਬਚਨਾਂ 'ਤੇ ਪਹਿਰਾ ਦੇ ਰਹੇ ਹਾਂ? ਕੀ ਸਾਡੀ ਇਹ ਅਵਸਥਾ ਹੋ ਚੁੱਕੀ ਹੈ? ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰਿਕ ਭੰਡਾਰੀ ਕਲਾਈ ਦੀ ਬਾਣ, ਗੁਰੂ ਬਾਬਾ ਜੀ ਨੇ ਕਿਰਪਾ ਵਾਲੇ ਬਚਨ ਕਹਿ ਤੇ ਭਾਈ ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਹੁਣ ਇਵੇਂ ਦੇ ਰਲਦੇ ਮਿਲਦੇ ਉਹਨਾਂ ਦੇ ਚੱਕਰ ਚਿਹਨਾਂ ਦੇ ਬਾਬਾ ਜੀ ਦੇ ਬੋਲ ਅਤੇ ਸ਼ਬਦ ਜਿਹੜੇ ਅਕਸਰ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਸਰਵਣ ਕਰਦੇ ਹਾਂ, ਸਤਿਗੁਰਾਂ ਦੇ ਕਹੇ ਹੋਏ ਬਚਨ ਸੁਣ ਕੇ ਉਹਨਾਂ ਨੂੰ ਚੰਗਾ ਲੱਗਿਆ, ਸੋ ਸਾਰੇ ਦੇ ਸਾਰੇ ਸਤਿਗੁਰਾਂ ਕੋਲੋਂ ਖਿਮਾ ਜਾਚਨਾ ਕਰਕੇ ਇਸ ਜਗ੍ਹਾ ਨੂੰ ਇਹ ਕਹਿ ਕੇ ਕਿ ਅੱਜ ਤੋਂ ਬਾਅਦ ਗੋਰਖ ਮਤ ਨਹੀਂ, ਹੁਣ ਗੁਰੂ ਨਾਨਕ ਜੀ ਦੀ ਮਤ ਚੱਲ ਚੁੱਕੀ ਹੈ,
ਇਹਨਾਂ ਦੀ ਮੱਤ, ਇਹਨਾਂ ਦੀ ਵਿਚਾਰ, ਇਹਨਾਂ ਦੀ ਸਿੱਖਿਆ, ਇਹਨਾਂ ਦੇ ਉਪਦੇਸ਼ ਦੁਆਰਾ ਦੁਨੀਆ ਦਾ ਭਲਾ ਹੋਣਾ। ਸੋ ਐਸੇ ਦੀਨ ਦਿਆਲ ਗੁਰਦੇਵ ਜਗਤ ਗੁਰੂ ਬਾਬਾ ਜੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਹੋਰ ਬੜੀ ਵੱਡੀ ਕਿਰਪਾ ਕੀਤੀ। ਇੱਥੋਂ ਅਗਾਂਹ ਮਹਾਰਾਜ ਜੀ ਨੇ ਜਿਨ੍ਹਾਂ ਇਲਾਕਿਆਂ ਵਿੱਚ ਜਾਣਾ, ਉਸ ਕਾਮਰੂਪ ਦੇਸ਼ ਜਿਨ੍ਹਾਂ ਨੂੰ ਜਾਦੂਗਰੀਆਂ ਦਾ ਦੇਸ਼ ਕਿਹਾ ਜਾਂਦਾ, ਉੱਥੇ ਸਤਿਗੁਰੂ ਪੁੱਜੇ। ਮੈਂ ਸੰਖੇਪ ਵਿੱਚ ਇਸ ਲਈ ਬੇਨਤੀ ਕਰਦਾ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਜੀਵਨ ਅਤੇ ਫਲਸਫੇ ਸਿਧਾਂਤ ਨਾਲ ਸੰਬੰਧਿਤ ਵਿਚਾਰਾਂ ਆਪਾਂ ਅਕਸਰ ਪੜ੍ਹਦੇ ਸੁਣਦੇ ਵਿਚਾਰਦੇ ਰਹਿੰਦੇ ਹਾਂ। ਸਿਰਫ ਤੁਹਾਨੂੰ ਇੱਕ ਤਰਤੀਬ ਅਨੁਸਾਰ ਚੇਤਾ ਕਰਾਉਣ ਦਾ, ਸਤਿਗੁਰਾਂ ਦੇ ਮਹਾਨ ਕਾਰਨਾਮੇ ਨੂੰ ਯਾਦ ਕਰਕੇ ਇੱਕ ਬੜਾ ਫਖਰ ਅਤੇ ਮਾਣ ਮਹਿਸੂਸ ਕਰਨ ਦਾ ਇਹ ਅਵਸਰ ਬਣਿਆ, ਜਿਸ ਮਾਧਿਅਮ ਤੋਂ ਤੁਸੀਂ ਆਪਾਂ ਸਭ ਜਾਣਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਜਾਦੂਗਰਨੀਆਂ ਦੇ ਦੇਸ਼ ਪਹੁੰਚ ਕੇ ਜਿੱਥੇ ਭਾਈ ਮਰਦਾਨੇ ਨਾਲ ਦੁਰਵਿਹਾਰ ਹੋਇਆ, ਭਾਈ ਮਰਦਾਨੇ ਨੂੰ ਪਤਾ ਨਹੀਂ ਕਿਵੇਂ ਕਿਵੇਂ ਉਹਨਾਂ ਨੇ ਕੀ ਕੁਝ ਆਪਣੇ ਕੋਲ ਹਰ ਤਰ੍ਹਾਂ ਦੇ ਹਰ ਹੀਲੇ ਹਰ ਬਿਵਰਤ ਕੇ ਪ੍ਰਭਾਵ ਪਾਉਣ ਦਾ ਯਤਨ ਕੀਤਾ, ਪਰ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਸਾਰੀਆਂ ਮਾਈਆਂ ਬੀਬੀਆਂ 'ਤੇ ਆਪਣੀ ਮੁਬਾਰਕ ਰਸਨਾ ਤੋਂ ਇਹ ਕਿਰਪਾ ਕਰਕੇ ਕਿ ਤੁਸੀਂ ਦੁਰਾਚਾਰੀ ਜੀਵਨ ਤਿਆਗੋ, ਪਾਪ ਕਰਮਾਂ ਵਾਲਾ ਜੀਵਨ ਤਿਆਗੋ, ਆਪਣਾ ਆਚਰਣ ਇਖਲਾਕ ਚੰਗਾ ਅਤੇ ਸੁੱਚਾ ਬਣਾਓ, ਤੁਹਾਡਾ ਜਨਮ ਜੀਵਨ ਤਾਂ ਸਫਲ ਹੋਣਾ। ਇਹ ਬੜੀ ਵਿਸਥਾਰ ਸਹਿਤ ਵਿਚਾਰ ਹੈ ਆਪਣੀ ਸੰਖੇਪ 'ਚ। ਇੱਥੋਂ ਹੀ ਸਤਿਗੁਰੂ ਫਿਰ ਜਦੋਂ ਅਗਾਂਹ ਪਹੁੰਚਦੇ ਆ, ਕੌਡੇ ਰਾਕਸ਼ ਵਾਲੀ ਘਟਨਾ ਉਹ ਵੀ ਭਲੀ ਪ੍ਰਕਾਰ ਸਾਰਾ ਸੰਸਾਰ ਜਾਣਦਾ ਕਿਵੇਂ ਸਤਿਗੁਰੂ ਮਹਾਰਾਜ ਜੀ ਨੇ ਕੌਡੇ ਰਾਕਸ਼ ਨੂੰ ਇੱਕ ਨੇਕ ਇਨਸਾਨ, ਵਧੀਆ ਮਨੁੱਖ, ਜੀਵਨ ਜਾਚ ਸਿਖਾਲ ਕੇ ਬਣਾਇਆ। ਇਹ ਵੀ ਸਭ ਦੀਆਂ ਸਭ ਕਥਾਵਾਂ ਸਤਿਗੁਰਾਂ ਦੇ ਪਾਵਨ ਜੀਵਨ ਨਾਲ ਸੰਬੰਧਿਤ ਨੇ। ਸਤਿਗੁਰੂ ਜੀ ਹੋਰ ਬੜੇ ਮਹਾਨ ਤੋਂ ਮਹਾਨ ਪਰਉਪਕਾਰ ਕਾਰਨਾਮੇ, ਕਾਂਸੀ ਬਨਾਰਸ ਵੱਡੇ ਛੋਟੇ ਨਗਰਾਂ ਤੋਂ ਹੁੰਦੇ ਪੁੱਜੇ, ਇੱਥੇ ਕਾਂਸੀਪੁਰੀ ਬਨਾਰਸ ਦੇ ਇਲਾਕੇ 'ਚ ਬੜੇ ਵਿਦਵਾਨ ਗੁਣੀ ਗਿਆਨੀ ਪੰਡਿਤ ਆਸ਼ਰਮ ਡੇਰੇ ਮੱਠਾਂ ਵਾਲੇ ਲੋਕ ਆਪੋ ਆਪਣੇ ਧਰਮਾਂ, ਆਪੋ ਆਪਣੀਆਂ ਸੰਸਥਾਵਾਂ ਸੰਪਰਦਾਵਾਂ ਦੇ ਮੁਖੀਆ ਲੋਕ, ਬੜੇ ਵਿਦਵਾਨ ਅਤੇ ਵਿਚਾਰਵਾਨ ਲੋਕ ਰਹਿੰਦੇ ਸੀ। ਜਦੋਂ ਸਤਿਗੁਰੂ ਪਾਤਸ਼ਾਹ ਜੀ ਇਸ ਸਥਾਨ 'ਤੇ ਪੁੱਜੇ ਤਾਂ ਯਕੀਨਨ ਹੈ ਕਿ ਮਹਾਰਾਜ ਜੀ ਦੇ ਹਰ ਇੱਕ ਬਚਨ ਨੂੰ ਉਹਨਾਂ ਨੇ ਗੌਰ ਨਾਲ ਵੇਖਣਾ ਸੀ, ਸੁਣਨਾ ਸੀ। ਪਰ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸਭ ਦੇ ਸਭ ਲੋਕਾਂ ਨੂੰ ਕਿਤੇ ਤਰਸਕਾਰ, ਕਿਸੇ ਵੀ ਥਾਂ 'ਤੇ ਸਤਿਗੁਰਾਂ ਨੇ ਤਕਰਾਰ, ਕੋਈ ਵੀ ਐਸੀ ਬੋਲੀ ਸ਼ੈਲੀ ਭਾਸ਼ਾ ਦੁਆਰਾ ਕਿਸੇ ਨਾਲ ਵੱਧ ਘੱਟ ਨਹੀਂ ਹੋਏ, ਸਗੋਂ ਸਾਰਿਆਂ ਨੂੰ ਪਿਆਰ ਅਤੇ ਲਹਿਜੇ ਭਰੀ ਭਾਸ਼ਾ ਵਿੱਚ ਨਵਾਜਦੇ ਰਹੇ ਨੇ। ਔਰ ਜੋੜਨਾ ਕੀ ਸੀ, ਬਚਨ ਕੀ ਕਹਿਣਾ, ਵੀ ਤੁਸੀਂ ਸੱਚੇ ਸੁੱਚੇ ਪਾਸ਼ਕ ਬਣੋ, ਤੂੰ ਸੱਚੇ ਸੁੱਚੇ ਪਰਮਾਤਮਾ ਦੇ ਪਿਆਰੇ ਬਣੋ, ਸੱਚੇ ਧਰਮ ਦੀ ਪਾਲਣਾ ਕਰੋ। ਧਰਮ ਸਾਰੇ ਚੰਗੇ ਹੈ, ਧਰਮ ਮਜ਼ਬ ਸਾਰੇ ਵਧੀਆ ਨੇ, ਪਰ ਧਰਮਾਂ ਮਜ਼ਬਾਂ ਵਿੱਚ ਜਿਹੜੇ ਕਰਮਕਾਂਡ ਹੋਛੇ ਫੋਕੇ ਦਿਖਾਵੇ ਵਾਲੇ ਕਰਮਕਾਂਡ ਨੇ, ਇਹਨਾਂ ਦਾ ਪਰਿਤਿਆਗ ਕਰਦੇ ਜਾਓ। ਤਦ ਜਾ ਕੇ ਉਹ ਸਾਰੇ ਲੋਕਾਂ ਨੂੰ ਵਧੀਆ ਲੱਗਦਾ ਸੀ ਵੀ ਸਤਿਗੁਰੂ ਨਾਨਕ ਮਹਾਰਾਜ ਐਸੀ ਮਹਾਨ ਬਾਣੀ, ਐਸੇ ਮਹਾਨ ਬੋਲ ਦ੍ਰਿੜ ਕਰਾਉਂਦੇ। ਇਵੇਂ ਸਤਿਗੁਰੂ ਫਿਰ ਕਿੰਨੇ ਹੋਰ ਨਗਰਾਂ ਵਿੱਚ ਹੁੰਦੇ ਹੋਏ ਜਗਨਨਾਥਪੁਰੀ ਪਹੁੰਚਿਆ। ਜਗਨਨਾਥਪੁਰੀ ਉੜੀਸਾ ਵਿੱਚ, ਜਗਨਨਾਥਪੁਰੀ ਬੜਾ ਵੱਡਾ ਨਾਮ ਹੈ। ਇੱਥੇ ਹਜ਼ੂਰ ਪਾਤਸ਼ਾਹ ਜੀ ਜਦੋਂ ਪੁੱਜਦੇ ਆ ਤਾਂ ਉੱਥੇ ਜਗਨਨਾਥ ਕ੍ਰਿਸ਼ਨ ਜੀ ਦਾ ਬੜਾ ਵੱਡਾ ਧਾਰਮਿਕ ਸਥਾਨ ਹੈ, ਉਹਨਾਂ ਦੀ ਮੂਰਤੀ ਹੈ, ਮੂਰਤੀ ਦੇ ਅੱਗੇ ਆਰਤੀਆਂ ਉਤਾਰਨ ਦਾ ਰਿਵਾਜ ਹੈ, ਉੱਥੋਂ ਦੀ ਰਸਮ ਸੀ। ਗੁਰਦੇਵ ਜੀ ਜਦੋਂ ਉੱਥੇ ਪਹੁੰਚੇ, ਉਹਨਾਂ ਨੇ ਸੁਭਾਵ ਕੀ ਕਹਿਣਾ ਸੀ, ਵੀ ਭਾਈ ਨਾਨਕ ਤੁਸੀਂ ਵੀ ਆਓ, ਸਾਡੀ ਆਰਤੀ ਵਿੱਚ ਸ਼ਾਮਿਲ ਹੋਵੋ। ਜਗਤ ਗੁਰੂ ਬਾਬਾ ਜੀ ਨੇ ਬੜੇ ਪਿਆਰ ਨਾਲ ਕਿਹਾ, ਭਾਈ ਆਰਤੀ ਤਾਂ ਕਰਤਾ ਪੁਰਖ ਵਾਹਿਗੁਰੂ ਜੀ ਕਾਲ ਪੁਰਖ ਹੈ, ਜਗਤ ਨਾਥ ਕਹੀਏ, ਜਗਤ ਦਾ ਮਾਲਕ, ਜਗਤ ਦਾ ਪਾਲਕ, ਜਗਤ ਦੀ ਲੈਤਾ ਕਰਤਾ। ਇਹ ਮੂਰਤੀ ਨਾ ਜਗਤ ਦੀ ਸਾਜਣਾ ਕਰਨ ਵਾਲੀ ਹੈ, ਇਹ ਮੂਰਤੀ ਨਾ ਜਗਤ ਦੀ ਪਾਲਣਾ ਕਰਨ ਵਾਲੀ ਹੈ, ਅਤੇ ਨਾ ਇਹ ਮੂਰਤੀ ਜਗਤ ਦੀ ਲੈਤਾ ਕਰਨ ਵਾਲੀ ਹੈ। ਉਹ ਨਵਾਂ ਸ਼ਬਦ ਸੀ, ਉਹ ਸੁਣ ਕੇ ਸਾਰੀ ਹੈਰਾਨ ਹੋ ਗਏ। ਕਹਿੰਦੇ ਫਿਰ ਜਗਤ ਨੂੰ ਕੌਣ ਸਾਜਦਾ ਨਿਵਾਜਦਾ? ਸਤਿਗੁਰੂ ਕਹਿੰਦੇ ਇੱਕ ਓਅੰਕਾਰ, ਇੱਕ ਕਾਲ ਪੁਰਖ ਵਾਹਿਗੁਰੂ, ਓਨਮ ਸਰੂਪ ਹੈ ਪਰਮਾਤਮਾ। ਵਾਹਿਗੁਰੂ ਜੀ ਓਨਮ ਕਿਨੇ? ਓਕਾਰ ਆਕਾਰ ਮਕਾਰ ਓਮ ਸਰੂਪ ਹੈ, ਸ੍ਰਿਸ਼ਟੀ ਨੂੰ ਪੈਦਾ ਵੀ ਇੱਕ ਵਾਹਿਗੁਰੂ ਜੀ ਕਰ ਰਹੇ ਨੇ, ਸ੍ਰਿਸ਼ਟੀ ਦੀ ਪਾਲਣਾ ਵੀ ਇੱਕ ਪਰਮਾਤਮਾ ਕਰ ਰਹੇ ਨੇ, ਸ੍ਰਿਸ਼ਟੀ ਦਾ ਨਰਸੰਹਾਰ ਵੀ ਇੱਕ ਵਾਹਿਗੁਰੂ ਜੀ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸਾਰੀ ਸ੍ਰਿਸ਼ਟੀ ਦੀ ਗਗਨ ਮੈਥਾਲ, ਰਵ ਚੰਦ ਦੀਪਕ ਬਣੇ ਤਾਰਕਾ ਮੰਡਲ, ਜਨਕ ਮੋਤੀ ਧੂਪ ਮਲਾਲ ਲੋ ਪਵਣ ਚਵਰੋ ਕਰੇ ਸਗਲ ਬਣਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਗੁਰਦੇਵ ਜੀ ਦੀ ਇਹ ਮਹਾਨ ਤੋਂ ਮਹਾਨ ਬਾਣੀ ਦੇ ਬੋਲ ਸੁਣ ਕੇ ਸਾਰਿਆਂ ਨੇ ਇਸ ਗੱਲ 'ਤੇ ਬੜੀ ਹੈਰਾਨੀ ਜਤਾਈ
कि सतगुरु जदों यह वचन कह रहा भी सारी सृष्टि की आरती कुदरत जिन्ने भी चंद्रमा सूरज तारे सितारे जिन्या वावां पौन वगदी है ये सारी परमात्मा की तो उस्तत कर रहे ने आरती माने उनका उस्तत करनी तारीफ करनी आपां सब उस्तत करन वास्ते प्रगट होया। सो सतगुरां दे इन्हां महान बोलां नूं सारे दे सारे सुन के होर खुश होए सतगुरु पातशाह कहिंदे आ जिन्ना भी जो कुछ भी आपां खेल पसारा वाहिगुरु जी का साजिया नवाजा वेख रहे हैं ये सारे दे सारे सानू की चेता करवाउंदे आ भी एक भेख नूं त्याग दिओ इन्हां भेखां नूं त्याग के परमात्मा की अंतर आत्मक तल ते अपने अंतस्करण विच ऐसी भगती करो ऐसी आरती उतारो ता कि करते पुरख वाहिगुरु जी के महान गुणा नूं अपने अंतस्करण च अवतर करिए सानू वाहिगुरु जी के महान गुण याद आउण। सो सतगुरां दे जगन्नाथपुरी पहुँच के इवें दा ज्ञान ते प्रचार दृढ़ करवाउणा ये भी एक बड़ी वड्डी कृपा वाला वचन सी उत्थों दी स्थानक भाषा उत्थों दी बोली शैली विच सारयां नूं सच दा ज्ञान करा देण। इवें सतगुरु कुछ समा इत्थे रहे बाहर बैठे गुरदेव जी आम लोग आउंदे जांदे सन उत्थे एक बड़ा सियाणा दाना प्रदाना अपने आप नूं बड़ा वड्डा महान कहाउण वाला व्यक्ति सी उहने अपना नाम रखिया सी कलयुग पांडे दा नाम सी कलयुग ਉਹ ਕਲਯੁਗ ਨਾਮੀ ਪਾਂਡਾ ਲੋਕਾਂ ਕੋਲ ਆਪਣੀ ਪੂਜਾ ਕਰਵਾਉਂਦਾ ਲੋਕਾਂ ਕੋਲੋਂ ਧਨ ਦੌਲਤ ਪ੍ਰਾਪਤ ਕਰਦਾ ਆਪਣੇ ਆਪ ਦੀ ਪੂਜਾ ਕਰਾਉਣ ਵੇਲੇ ਉਹਨੇ ਇੱਕ ਕਟੋਰਾ ਰੱਖਿਆ ਸੀ ਜਿਹਨੂੰ ਕਰਵਾ ਕਿਹਾ ਜਾਂਦਾ ਉੱਥੋਂ ਦੀ ਭਾਸ਼ਾ 'ਚ ਕਰਵਾ ਉਸ ਕਰਵੇ ਵਿੱਚ ਲੋਕ ਪੈਸੇ ਰੱਖਦੇ ਆ ਮੱਥਾ ਟੇਕਦੇ ਆ ਅਤੇ ਅੱਖਾਂ ਨੇਤਰ ਬੰਦ ਕਰਕੇ ਲੋਕਾਂ 'ਚ ਇਹ ਪ੍ਰਚਾਰ ਕੀ ਕਰਦਾ ਸੀ ਵੀ ਮੈਂ ਵਿਸ਼ਨੂੰ ਭਗਵਾਨ ਦੇ ਦੀਦਾਰ ਕਰ ਰਿਹਾ ਮੈਂ ਵਿਸ਼ਨੂੰ ਭਗਵਾਨ ਨਾਲ ਅੰਦਰੋਂ ਜੁੜਿਆ ਹੋਇਆ ਲੋਕ ਬੜੇ ਖੁਸ਼ ਹੁੰਦੇ ਸੀ ਵੀ ਜਿਹੜਾ ਭਗਵਾਨ ਨਾਲ ਜੁੜਿਆ ਆਪਾਂ ਉਹਦੀ ਸੇਵਾ ਕਰਦੇ ਉਹਦੀ ਪੂਜਾ ਕਰਦੇ ਆਪਾਂ ਨੂੰ ਉਹਦਾ ਫਲ ਪ੍ਰਾਪਤ ਹੋਊਗਾ ਜਦੋਂ ਪ੍ਰਚਾਰ ਹੀ ਇੱਦਾਂ ਦਾ ਕਰਨਾ ਉਹ ਪ੍ਰਚਾਰ ਤੋਂ ਲੋਕ ਇੰਨੇ ਪ੍ਰਭਾਵਿਤ ਹੋਏ ਇਹ ਪਾਂਡੇ ਕਲਯੁਗ ਦੀ ਸੇਵਾ ਹਰ ਪੱਖੋਂ ਇਹ ਤਾਂ ਦਿਨਾਂ ਵਿੱਚ ਹੀ ਮਾਲੋ ਮਾਲ ਰੋਜ਼ ਹੀ ਇਵੇਂ ਆਸਣ ਲਾ ਕੇ ਅੱਖਾਂ ਮੀਟ ਕੇ ਬਹਿ ਜਾ ਕਰੇ ਲੋਕ ਆਉਣ ਇਹਦੀ ਪੂਜਾ ਕਰਨ ਸੇਵਾ ਕਰਨ ਤਾਂ ਦੌਲਤ ਅਰਪਣ ਕਰੀ ਜਾਣ ਤਾਂ ਗੁਰੂ ਬਾਬਾ ਜੀ ਸੁਭਾਵਕ ਹੀ ਇਸ ਪਾਂਡੇ ਕਲਯੁਗ ਦੇ ਪਾਸ ਆ ਕੇ ਬੈਠੇ ਬੈਠਦਿਆਂ ਹਜ਼ੂਰ ਮਹਾਰਾਜ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਕੀ ਕਿਰਪਾ ਕੀਤੀ ਗੁਰਦੇਵ ਜੀ ਮਹਾਰਾਜ ਆਪਣੇ ਨਾਲ ਦੇ ਸਾਥੀਆਂ ਨੂੰ ਕਹਿਣਾ ਸੀ ਮਹਾਰਾਜ ਕਹਿੰਦੇ ਤਾਂ ਕਰਵਾ ਚੁੱਕੋ ਜਿਹਦੇ 'ਚ ਪੈਸੇ ਪਿਆ ਪਾਂਡਾ ਕਲਯੁਗ ਅੱਖਾਂ ਬੰਦ ਕੀਤੇ ਬੈਠਾ ਸਤਿਗੁਰਾਂ ਨੇ ਚੁੱਕਿਆ ਕਰਵਾ ਚੁੱਕ ਕੇ ਉਹਦੇ ਪਛਾਣ ਰੱਖ ਦਿੱਤਾ ਹਜ਼ੂਰ ਪਾਤਸ਼ਾਹ ਜੀ ਅਜੇ ਬੈਠੀ ਨੇ ਉਹਨੇ ਨੇਤਰ ਖੋਲ੍ਹੇ ਵੇਖ ਕੇ ਆਪਣੇ ਕਰਵਾ ਨੂੰ ਵੇਖੀ ਜਾਂਦਾ ਵੀ ਮੇਰੇ ਪੈਸੇ ਵਾਲਾ ਬਰਤਨ ਕਿੱਥੇ ਹੈ ਪੈਸਿਆਂ ਵਾਲਾ ਪਾਤਰ ਕੌਣ ਲੈ ਗਿਆ ਚੁੱਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਮਹਾਂਪੁਰਸ਼ੋ ਪਾਂਡਾ ਜੀ ਹੁਣ ਤਾਂ ਤੁਸੀਂ ਬੜਾ ਦਾਅਵਾ ਕਰ ਰਹੇ ਸੀ ਅਸੀਂ ਵਿਸ਼ਨੂੰ ਭਗਵਾਨ ਦੀ ਪੁਰੀ ਤੱਕ ਦਾ ਅੰਦਰੋਂ ਸਾਰਾ ਕੁਝ ਗਿਆਨ ਰੱਖਦੇ ਹਾਂ ਤੁਹਾਨੂੰ ਆਪਣੇ ਕਰਵੇ ਦਾ ਕੋਈ ਪਤਾ ਨਹੀਂ ਇੰਨੇ ਲੋਕ ਇਕੱਤਰ ਹੋਏ ਸੋ ਸਤਿਗੁਰੂ ਪਾਤਸ਼ਾਹ ਨੇ ਉੱਥੇ ਵੀ ਉਹਨਾਂ ਨੂੰ ਐਸੇ ਪਿਆਰ ਵਾਲੇ ਇਹ ਲਫਜ਼ਾਂ ਨਾਲ ਕਹਿਣਾ ਪਿਆ ਕਿ ਤੁਸੀਂ ਧਰਮ 'ਤੇ ਭਗਵਾਨ ਦੇ ਨਾਂ 'ਤੇ ਲੋਕਾਂ ਨੂੰ ਠੱਗੋ ਨਾ ਮਹਾਂਪੁਰਸ਼ੋ ਇਹ ਠੱਗੀ ਠੋਰੀ ਬੰਦ ਕਰੋ ਇੱਕ ਕਰਤੇ ਪੁਰਖ ਵਾਹਿਗੁਰੂ ਦੇ ਨਾਂ 'ਤੇ ਨਹੀਂ ਤਾਂ ਤੁਹਾਡਾ ਹਾਲ ਅੱਖੀਂ ਦਾ ਮਿੱਟੇ ਨਾਕ ਪਕੜੇ ਠੱਗਣ ਕੋ ਸੰਸਾਰ ਇਹ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਅਡੋਲ ਸਮਾਧੀ ਲਾ ਕੇ ਇਵੇਂ ਦਾ ਪੇਸ਼ ਕਰਕੇ ਧਨ ਦੌਲਤ ਨਾ ਠੱਗੋ ਦੁਨੀਆਂ ਨੂੰ ਸੱਚ ਦੇ ਮਾਰਗ ਦੇ ਪੰਧੀ ਬਣਾਓ ਸੋ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇੰਨੇ ਕੁ ਪਿਆਰ ਵਾਲੇ ਬਚਨ ਕਹੇ ਤਾਂ ਲੋਕ ਬੜੇ ਸਿਆਣੇ ਸੀ ਉਹ ਨੇੜੇ ਆ ਗਏ ਸਤਿਗੁਰਾਂ ਦੇ ਬੋਲ ਸੁਣੇ ਮਹਾਰਾਜ ਜੀ ਦੀ ਬਾਣੀ ਵਿੱਚ ਇੰਨੀ ਕੁ ਤਾਕਤ ਇੰਨੀ ਕੁ ਸ਼ਕਤੀ ਸੁਣ ਕੇ ਆਂਟ ਸੇਤੀ ਨਾਕ ਪਕੜੈ ਸੂਝ 'ਤੇ ਤਿੰਨ ਲੋ ਤੂੰ ਤਾਂ ਤਿੰਨਾਂ ਲੋਕਾਂ ਦੀ ਖਬਰ ਵਿਸ਼ਨੂੰ ਭਗਵਾਨ ਦੀ ਖਬਰ ਇੱਥੇ ਤੱਕ ਦੀਆਂ ਲੋਕਾਂ ਨੂੰ ਸਿੱਖਿਆਵਾਂ ਦਿੰਦਾ ਰਿਹਾ ਪਰ ਤੈਨੂੰ ਨੇੜੇ ਤੇੜੇ ਮਗਰ ਪਾਛੇ ਕਸ ਨਾ ਸੂਝੇ ਸਤਿਗੁਰੂ ਕਹਿੰਦੇ ਤੈਨੂੰ ਪਤਾ ਕੋਈ ਨਹੀਂ ਐਵੇਂ ਕਾਹਦੇ ਆਸਣ ਲਾ ਲਾ ਪਦਮ ਆਸਣ ਲਾ ਲਾ ਬੈਠਦਾ ਇਹ ਪਦਮ ਅਲੋ ਗੁਰਦੇਵ ਜੀ ਦੇ ਬੋਲ ਸੀ ਫਿਰ ਉਹਨੂੰ ਹੱਥ ਜੋੜ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ 'ਚ ਨਤਮਸਤਕ ਹੁੰਦਿਆਂ ਪ੍ਰਣਾਮ ਕਰਦਿਆਂ ਔਰ ਇਹ ਕਹਿ ਕੇ ਸਤਿਗੁਰੂ ਆਪ ਜੀ ਵਰਗਾ ਮਹਾਨ ਕੋਈ ਨਹੀਂ ਹੋ ਸਕਦਾ ਮੇਰੇ ਕੋਲੋਂ ਹੋਈਆਂ ਭੁੱਲਾਂ
ਮੈਂ ਜੋ ਲੋਕਾਂ ਨੂੰ ਕੁਰਾਏ ਪਾ ਕੇ ਹੁਣ ਤੱਕ ਧਰਮ ਦੇ ਨਾਂ 'ਤੇ ਵਾਕਈ ਇਵੇਂ ਦੇ ਕਰਮ ਕਾਂਡ ਦੇ ਪਖੰਡ ਕੀਤੇ ਨੇ ਇਹਦੀ ਮੈਂ ਖਿਮਾ ਜਾਚਨਾ ਕਰਦਾ। ਸਤਿਗੁਰੂ ਕਹਿੰਦੇ ਇਹਨਾਂ ਲੋਕਾਂ ਨੂੰ ਸੱਚ ਦਾ ਗਿਆਨ ਦ੍ਰਿੜ ਕਰਾਓ। ਸੋ ਆਓ, ਐਸੇ ਦੀਨ ਦਿਆਲ ਪਾਤਸ਼ਾਹ ਨੇ, ਜਗਤ ਗੁਰੂ ਬਾਬਾ ਜੀ ਨੇ ਜਗਨਨਾਥਪੁਰੀ ਦੀ ਇਸ ਧਰਤੀ 'ਤੇ ਕਿੰਨੇ ਦਿਨ ਬਤੀਤ ਕਰਕੇ ਲੋਕਾਂ ਨੂੰ ਸੱਚ ਦਾ ਗਿਆਨ ਦ੍ਰਿੜ ਕਰਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੜੀ ਵੱਡੀ ਮਹਾਨ ਬਖਸ਼ਿਸ਼ ਰਹਿਮਤ ਹੈ। ਸੋ ਸਤਿਗੁਰੂ ਗੁਰਦੇਵ ਮਹਾਰਾਜ ਜੀ ਦੇ ਇਹਨਾਂ ਮਹਾਨ ਵਿਚਾਰਾਂ ਅਤੇ ਸਿਧਾਂਤਕ ਦਾਰਸ਼ਨਿਕ ਬਚਨਾਂ ਨੂੰ ਆਪਾਂ ਕੋਸ਼ ਕਰੀਏ ਜਾਣਨ ਦਾ, ਸਮਝਣ ਦਾ ਅਤੇ ਹਿਰਦੇ 'ਚ ਵਸਾਉਣ ਦਾ। ਇੱਕ ਬਾਬਾ ਅਕਾਲ ਰੂਪ ਦੋ ਜਾਰ ਇੱਕ ਬਾਬਾ ਅਕਾਲ।